ਦਿਨ ਦਿਨ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਹੁਣ ਵਿੱਦਿਅਕ ਸੰਸਥਾਵਾਂ ਵੀ ਹੰਬਲਾਂ ਮਾਰਨ ਲੱਗੀਆਂ ਨੇ। ਮੋਗਾ ਜ਼ਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਦਰਬਾਰਾ ਸਿੰਘ ਜੀ ਵਿੱਦਿਅਕ ਸੰਸਥਾ ਲੋਪੋ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਵਿੱਦਿਅਕ ਸੰਸਥਾ ਦੇ ਪ੍ਰਧਾਨ ਅਤੇ ਵਾਤਾਵਰਣ ਪ੍ਰੇਮੀ ਸਵਾਮੀ ਸੰਤ ਜਗਜੀਤ ਸਿੰਘ ਜੀ ਲੋਪੋ, ਪਦਮ ਸ਼੍ਰੀ ਸੰਤ ਬਲਵੀਰ ਸਿੰਘ ਜੀ ਸਿੰਚੇਵਾਲ, ਡਾਕਟਰ ਗੁਰਮੀਤ ਸਿੰਘ ਪੰਜਾਬ ਯੂਨੀਵਰਸਿਟੀ, ਸਿਮਰਪਾਲ ਕੌਰ ਇੰਗਲੈਂਡ, ਕ੍ਰਿਸ਼ਨਾ ਪਾਰਤਾ ਜੀ ਚੇਨਈ ਤੋਂ, ਪੁਣੇ ਤੋਂ ਸਵਾਮੀਨਾਥਨ ਜੀ ਨੇ ਬੱਚਿਆਂ ਨੂੰ ਵਾਤਾਵਰਣ ਦੀ ਸਾਂਭ ਸੰਭਾਲ ਦੇ ਲੈਕਚਰ ਦਿੱਤਾ। ਵਾਹਿਗੁਰੂ। ਦਰਬਾਰ ਸੰਪਰਦਾ ਲੋਕੋ ਸਾਹਿਬ ਦੇ ਨਾਲ ਦਰਬਾਰ ਵਿੱਦਿਅਕ ਸੰਸਥਾ ਚੜ੍ਹਦੀ ਕਲਾ ਦੇ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਨੇ। ਸਵਾਮੀ ਸੰਤ ਜੋਰਾ ਸਿੰਘ ਜੀ ਮਹਾਰਾਜ ਉਹਨਾਂ ਦੇ ਪ੍ਰਵਚਨਾਂ ਨੂੰ ਸਮਰਪਿਤ ਹੋ ਕੇ ਦਾਸ ਦੇ ਗੁਰੂ ਸੰਗਤ, ਕਿਉਂਕਿ ਜਦੋਂ ਬਹੁਤ ਧੰਨਵਾਦ ਇਹਨਾਂ ਨੂੰ ਨਹੀਂ ਪ੍ਰਵਾਨ ਉਹਨਾਂ ਹੋ ਜਾਏਗਾ। ਗੁਰੂ ਦੀ ਸੰਗਤ ਮੇਰੇ ਆਦਰੀ ਬਹੁਤ ਸਤਿਕਾਰਯੋਗ ਪਰਮ ਮਿੱਤਰ, ਵਾਹਿਗੁਰੂ ਸ਼ਬਦ ਦੇ ਨਾਲ ਸਾਨੂੰ ਕਈਆਂ ਬਖਸ਼ਿਸ਼ਾਂ ਮਿਲੀਆਂ, ਜੇ ਰਹੇ ਤੇ ਵਿਚਾਰ ਕਰਾਂ ਤਾਂ ਸਾਰਾ ਕੁਝ ਦਿੱਤੀ ਰਹੇਗਾ। ਵਾਹਿਗੁਰੂ ਦਰਬਾਰ ਸੰਪਰਦਾ ਲੋਕੋ ਸਾਹਿਬ ਨੂੰ ਚਾਰ ਚੰਨ ਲਾ ਕੇ ਪੂਰੀ ਕੈਨਾਤ ਦੁਨੀਆਂ ਦੇ ਵਿੱਚ ਰਿਸ਼ਨਾਉਣ ਵਾਲੇ ਸੇਵਾ ਸਿਮਰਨ ਸਤਸੰਗ ਸਵਾਮੀਨਾਥਨ ਸਿਮਰਨ ਕੌਰ ਕਾਲਜ ਦੇ ਬਾਹਰੋਂ ਆਏ ਹੋਏ ਪ੍ਰਿੰਸੀਪਲ ਸਾਹਿਬਾਨ ਮੈਨੇਜਮੈਂਟ, ਆਪਣੀਆਂ ਸੰਸਥਾਵਾਂ ਨੂੰ ਸਮਝੋ, ਆਪਣੀ ਧਰਤੀ ਮਾਤਾ ਨੂੰ ਸਮਝੋ, ਆਪਣੇ ਪਾਣੀ ਨੂੰ। ਪਿਤਾ ਕਿਹਾ ਮਹਾਰਾਜ ਪਵਣ ਗੁਰੂ ਕਿਹਾ ਆਪਣੇ ਗੁਰੂਆਂ ਦੀ ਸੇਵਾ ਕਰੋ, ਆਪਣੀ ਮਾਤਾ ਦੀ ਸੇਵਾ ਕਰੋ, ਆਪਣੇ ਪਿਤਾ ਦੀ ਸੇਵਾ ਕਰੋ, ਆਪਣੇ ਸਮਾਜ ਨੂੰ ਸਮੋ ਤੇ ਇਹ ਸਮੋ ਘਾਤਾਂ। ਤੇ ਹੁਣ ਮੈਂ ਸਮਾਪਤੀ ਕਰ ਦਿੰਦਾ, ਬਹੁਤ ਸਮਾਂ ਹੋ ਗਿਆ ਕਿ ਉਹ ਬੋਲਣਗੇ ਤੇ ਮੈਂ ਇੱਕ ਜਕਾਰਾ ਛੱਡ ਕੇ ਤੁਹਾਡੇ ਇੱਕ ਸਬਕ ਲੈਣੀ ਆ। ਕਾਹਦੇ ਲਈ ਵੀ ਆਪਾਂ ਗੱਲਾਂ ਹੀ ਕਰਨੀਆਂ ਤੇ ਕਰਨਾ ਵੀ ਆ ਬਸ, ਜਦ ਭਾਸ਼ਣ ਤਾਂ ਸਾਰੇ ਦੇ ਜਾਣੇ, ਚਲੇ ਜਾਵਾਂਗੇ ਸਾਰੇ, ਡਿਊਟੀ ਹੈ ਸਾਰੇ ਜਾਣਾ ਆਪਾਂ ਆਪਣੇ ਥਾਂ। ਜੇ ਕਰਨਾ ਵਾ ਫਿਰ ਆਪਾਂ ਨੂੰ ਰਲ ਕੇ ਕਰਨਾ, ਤੇ ਜਿੰਨੇ ਕੁ ਬੱਚੇ ਤਰਵੈਣੀ ਲਾ ਸਕਦੇ ਤਰਵੈਣੀ ਦੇ ਅਸੀਂ ਦੇਵਾਂਗੇ, ਲਾਓ ਜ਼ਰੂਰ। ਇੱਥੇ ਕਾਲਜ ਚੱਕਰ ਬੂਟਾ ਲਾ ਕੇ ਜਾਓ, ਤੁਹਾਨੂੰ ਇਹ ਯਾਦਾਂ ਰਹਿਣਗੀਆਂ। ਬੂਟੇ ਸਭ ਤੋਂ ਲੈ ਆਓ ਪਰ ਲਾ ਲਓ ਆਪਣੇ ਹੱਥਾਂ ਨਾਲ, ਤਾਂ ਕਿ ਤੁਹਾਨੂੰ ਤੁਹਾਡੀਆਂ ਯਾਦਾਂ ਰਹਿਣ। ਕਿਤੇ ਆਵੋ ਵੱਡਾ ਸਤਿਕਾਰ ਦਿੱਤਾ, ਇਹ ਲੜਕੀਆਂ ਦੇ ਕਾਲਜ ਖੋਲ੍ਹੇ ਜਿੱਥੇ ਵਾਤਾਵਰਨ ਨੂੰ ਬਚਾਉਣ ਵਾਸਤੇ, ਦੇਸ਼ ਤੋਂ ਅੱਗੇ ਲਿਆਉਣ ਵਾਸਤੇ, ਨਾਰੀ ਸ਼ਕਤੀ ਦੇ ਸਨਮਾਨ ਵਾਸਤੇ ਬਹੁਤ ਵੱਡਾ ਉਪਰਾਲਾ ਕੀਤਾ, ਅਤੇ ਉਸ ਉਪਰਾਲੇ ਨੂੰ ਬਾਖੂਬੀ
ਸੰਤਰ ਸਵਾਮੀ ਜਗਜੀਤ ਸਿੰਘ ਜੀ ਹੋਰ ਦ੍ਰਿੜਤਾ ਦੇ ਨਾਲ ਅੱਗੇ ਲੈ ਆ ਰਿਹਾ। ਸੋ ਅੱਜ ਗੱਲ ਅਸੀਂ ਵਾਤਾਵਰਣ ਦੀ ਕਰ ਰਹੇ ਹਾਂ ਅਤੇ ਅੱਜ ਦੇ ਵਾਤਾਵਰਣ ਜਾਗਰੂਕ ਵੀ ਹੈ। ਰੋਜ਼ ਟੈਲੀਵਿਜ਼ਨ ਅਖਬਾਰ ਫੇਸਬੁੱਕ ਅਤੇ ਦੁਨੀਆ ਦੇ ਹਰ ਕੋਨੇ 'ਤੇ ਕੀ ਵਾਪਰ ਰਿਹਾ ਅਸੀਂ ਆਪਣੇ ਮੋਬਾਈਲ ਦੇ ਉੱਤੇ ਵੀ ਦੇਖ ਸਕਦੇ। ਅੱਜ ਦੁਨੀਆ ਦੇ ਵਿੱਚ ਵਿਸ਼ਵ ਦੇ ਵਿੱਚ ਜੇ ਸਭ ਤੋਂ ਵੱਡੀ ਲੋੜ ਹੈ ਜਿੱਦਾਂ ਸਭ ਤੋਂ ਵੱਡਾ ਖਤਰਾ ਜਿਹੜਾ ਬਣ ਚੁੱਕਾ ਉਹ ਵਾਤਾਵਰਣ ਦਾ ਪ੍ਰਦੂਸ਼ਿਤ ਹੋਣਾ। ਜਿਸ ਪ੍ਰਦੂਸ਼ਣ ਦੀ ਮਾਰ ਅੱਜ ਸਾਡਾ ਵਿਸ਼ਵ ਚੱਲ ਰਿਹਾ ਇਹ ਸਾਡੇ ਸਤਿਗੁਰਾਂ ਨੇ ਅੱਜ ਤੋਂ 500 ਸਾਲ ਤੋਂ ਵੱਧ ਸਮਾਂ ਪਹਿਲਾਂ ਜੋ ਗੁਰੂ ਨਾਨਕ ਪਾਤਸ਼ਾਹ ਦੇ ਅਮਰ ਪ੍ਰਵਚਨ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਸੋਗੋ ਮੰਦਾ ਆਖੀਏ ਜਿੱਤ ਜੰਮੇ ਰਾਜਾਂ ਨੇ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਰੱਖਿਆ ਦੇ ਮਹਾਂਮੰਤਰ ਅਨੁਸਾਰ ਜਿੱਥੇ ਧੀਆਂ ਨੂੰ ਐਜੂਕੇਸ਼ਨ ਪਾਣੀ ਦੇ ਪਰ ਮਾਤਾ ਧਰਤ ਮਹਾਤੇ ਦਿਲ ਸਰਾਤ ਦੇ ਦਾਈ ਦਾਇਆ ਖੇਲੇ ਸਗਲ ਜਗ ਜਿਹੜੀ ਉਹਨਾਂ ਖੇਲੇ ਸਗਲ ਜਗ ਦੀ ਗੱਲ ਕੀਤੀ ਅੱਜ ਸੰਸਾਰ ਖੇਲ ਨਹੀਂ ਰਿਹਾ ਸੰਸਾਰ ਹੋ ਰਿਹਾ। ਆਪਾਂ ਦੇਖ ਰਹੇ ਹਾਂ ਕਿ ਹੁਣ ਇਸ ਵੇਲੇ ਜਿਹੜੀ ਕਰੰਟ ਚਿੰਤਾ ਚੱਲ ਰਹੀ ਹੈ ਚਾਈਨਾ ਦੇ ਵਿੱਚ ਕਰੋਨਾ ਵਾਇਰਸ ਦੀ ਸਾਡੀ ਕੀ ਡਿਊਟੀ ਹੈ, ਇਨਵਾਇਰਮੈਂਟ ਦੇ ਨਾਲ ਸਾਡਾ ਰਿਸ਼ਤਾ ਕੀ ਹੈ, ਇਨਵਾਇਰਮੈਂਟ ਸਾਡੇ ਲਈ ਕਿੰਨਾ ਜ਼ਰੂਰੀ ਹੈ ਅਤੇ ਇਨਵਾਇਰਮੈਂਟ ਕਿੱਦਾਂ ਬਚ ਸਕਦਾ ਉਹ ਸਾਰਾ ਕੁਛ ਸਾਨੂੰ ਬਾਣੀ ਦੇ ਵਿੱਚ ਦੱਸਿਆ। ਜਾਗਰੂਕ ਵੀ ਹੈ ਰੋਜ਼ ਟੈਲੀਵਿਜ਼ਨ ਅਖਬਾਰ ਫੇਸਬੁੱਕ ਅਤੇ ਦੁਨੀਆ ਦੇ ਹਰ ਕੋਨੇ 'ਤੇ ਕੀ ਵਾਪਰ ਰਿਹਾ ਅਸੀਂ ਆਪਣੇ ਮੋਬਾਈਲ ਦੇ ਉੱਤੇ ਵੀ ਦੇਖ ਸਕਦੇ। ਅੱਜ ਦੁਨੀਆ ਦੇ ਵਿੱਚ ਵਿਸ਼ਵ ਦੇ ਵਿੱਚ ਜੇ ਸਭ ਤੋਂ ਵੱਡੀ ਲੋੜ ਹੈ ਜਿੱਦਾਂ ਸਭ ਤੋਂ ਵੱਡਾ ਖਤਰਾ ਜਿਹੜਾ ਬਣ ਚੁੱਕਾ ਉਹ ਵਾਤਾਵਰਣ ਦਾ ਪ੍ਰਦੂਸ਼ਿਤ ਹੋਣਾ। ਜਿਸ ਪ੍ਰਦੂਸ਼ਣ ਦੀ ਮਾਰ ਅੱਜ ਸਾਡਾ ਵਿਸ਼ਵ ਚੱਲ ਰਿਹਾ ਇਹ ਸਾਡੇ ਸਤਿਗੁਰਾਂ ਨੇ ਅੱਜ ਤੋਂ 500 ਸਾਲ ਤੋਂ ਵੱਧ ਸਮਾਂ ਪਹਿਲਾਂ ਵਾਸਤੇ ਬਹੁਤ ਵੱਡੇ ਇਹ ਅਦਾਰੇ ਖੁੱਲ੍ਹੇ ਜਿੱਥੇ ਧੀਆਂ ਨੂੰ ਵੱਡਾ ਸਤਿਕਾਰ ਦਿੱਤਾ ਇਹ ਲੜਕੀਆਂ ਦੇ ਕਾਲਜ ਖੁੱਲ੍ਹੇ ਜਿੱਥੇ ਵਾਤਾਵਰਣ ਨੂੰ ਬਚਾਉਣ ਵਾਸਤੇ ਦੇਸ਼ ਨੂੰ ਅੱਗੇ ਲਿਜਾਣ ਵਾਸਤੇ ਨਾਰੀ ਸ਼ਕਤੀ ਦੇ ਸਨਮਾਨ ਵਾਸਤੇ ਬਹੁਤ ਵੱਡਾ ਉਪਰਾਲਾ ਕੀਤਾ ਅਤੇ ਉਸ ਉਪਰਾਲੇ ਨੂੰ ਬਾਖੂਬੀ ਸੰਤਰ ਸਵਾਮੀ ਜਗਜੀਤ ਸਿੰਘ ਜੀ ਹੋਰ ਦ੍ਰਿੜਤਾ ਦੇ ਨਾਲ ਅੱਗੇ ਲਿਜਾ ਰਿਹਾ। ਸੋ ਅੱਜ ਗੱਲ ਅਸੀਂ ਵਾਤਾਵਰਣ ਦੀ ਕਰ ਰਹੇ ਹਾਂ ਅਤੇ ਅੱਜ ਦੇ ਵਾਤਾਵਰਣ ਜੋ ਗੁਰੂ ਨਾਨਕ ਪਾਤਸ਼ਾਹ ਦੇ
ਅਮਰ ਪ੍ਰਵਚਨ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਸੋਗੋ ਮੰਦਾ ਆਖੀਏ ਜਿੱਤ ਜਮੇ ਰਾਜਾਨੀ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਿਖਿਆ ਦੇ ਮਹਾਂਬਾਪ ਅਨੁਸਾਰ ਜਿੱਥੇ ਧੀਆਂ ਨੂੰ ਐਜੂਕੇਸ਼ਨ ਹੋ ਜਾਏਗਾ ਗੁਰੂ ਦੀ ਸੰਗਤ ਮੇਰੇ ਆਖਰੀ ਬਹੁਤ ਸਤਿਕਾਰਯੋਗ ਪਰਮ ਮਿੱਤਰ ਸਵਾਮੀਨਾਥਨ ਸਿਮਰਨ ਕੌਰ ਕਾਲਜ ਦੇ ਬਾਹਰੋਂ ਆਏ ਹੋਏ ਪ੍ਰਿੰਸੀਪਲ ਸਾਹਿਬਾਨ ਮੈਨੇਜਮੈਂਟ ਸ਼ਬਦ ਗੁਰੂ ਜੀ ਦੀਆਂ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਕਿਰਪਾ ਸਦਕਾ ਦਰਬਾਰ ਸੰਪਰਦਾਇ ਰੱਬ ਦਾ ਨਾਂ ਪਿਤਾ ਤੇ ਮਾਂ ਸਰਵੈਣ ਦੀ ਸ਼ਾਮ ਤਿੰਨੇ ਸਿਰਾਂ ਇੱਕੋ ਜਿਹੀਆਂ ਅਸੀਂ ਅਜੀਤ ਗੈਸਟ ਆਫ ਆਨਰ ਸੰਦੀਪ ਸਿੰਘ ਦੀ ਟੀਚੇਵਾਰ ਜੋ ਕਿ ਪਦਮ ਸ਼੍ਰੀ ਅਵਾਰਡੀ ਅਤੇ ਵਾਤਾਵਰਨ ਪ੍ਰੇਮੀ ਹਨ ਨੂੰ ਡਾਇਰ ਤੇ ਆਉਣ ਲਈ ਸੱਦਾ ਦਿੰਦੇ ਹਾਂ ਕਿ ਉਹ ਆਪਣੇ ਕੀਮਤੀ ਸ਼ਬਦ ਸਾਡੇ ਨਾਲ ਵਾਹਿਗੁਰੂ ਸ਼ਬਦ ਦੇ ਨਾਲ ਸਾਨੂੰ ਕਈਆਂ ਬਖਸ਼ਿਸ਼ਾਂ ਮਿਲੀਆਂ ਜੇ ਰਹੇ ਤੇ ਵਿਚਾਰ ਕਰਾਂ ਤਾਂ ਸਾਰਾ ਕੁਝ ਲਿਖੇ ਰਹੇਗਾ ਵਾਹਿਗੁਰੂ ਵਾਹਿਗੁਰੂ ਕੀ ਸਾਡੀ ਕੀ ਡਿਊਟੀ ਹੈ ਐਨਵਾਇਰਮੈਂਟ ਦੇ ਨਾਲ ਸਾਡਾ ਰਿਸ਼ਤਾ ਕੀ ਹੈ ਐਨਵਾਇਰਮੈਂਟ ਸਾਡੇ ਲਈ ਕਿੰਨਾ ਜ਼ਰੂਰੀ ਹੈ ਅਤੇ ਐਨਵਾਇਰਮੈਂਟ ਕਿੱਦਾਂ ਬਣ ਸਕਦਾ ਉਹ ਸਾਰਾ ਕੁਛ ਸਾਨੂੰ ਬਾਣੀ ਦੇ ਵਿੱਚ ਦੱਸਿਆ ਜਾਣਕਾਰੀ ਅੱਜ ਦੇ ਸਮਾਗਮ ਅੱਜ ਸੰਤ ਦਰਬਾਰਾ ਸਿੰਘ ਕਾਲਜ ਆਫ ਐਜੂਕੇਸ਼ਨ ਦੇ ਵਿੱਚ ਅੰਤਰਰਾਸ਼ਟਰੀ ਇੰਟਰਨੈਸ਼ਨਲ ਸੈਮੀਨਾਰ ਔਨ ਰੀਟਚਿੰਗ ਇਨਵਾਇਰਮੈਂਟਲ ਕੰਸਰਨਸ ਇਨ ਪ੍ਰੈਜ਼ੈਂਟ ਸਿਨੈਰੀਓ ਕਰਵਾਇਆ ਜਾ ਰਿਹਾ ਹੈਗਾ ਇਹਦੇ ਵਿੱਚ ਜਿਹੜੇ ਮੁੱਖ ਮਹਿਮਾਨ ਨੇ ਉਹ ਸੰਜੀਵਜੀਤ ਸਿੰਘ ਜੀ ਲੋਪੋ ਨੇ ਕੀਨੋਟ ਐਡਰੈਸ ਸੰਤ ਸੀਚੇਵਾਲ ਜੀ ਦੇ ਰਹੇ ਨੇ ਜੋ ਕਿ ਪਦਮ ਸ਼੍ਰੀ ਨੇ ਇਹਦੇ ਨਾਲ ਹੀ ਸਾਡੇ ਕੋਲ ਜਿਹੜੇ ਸਪੀਕਰਸ ਹੈਗੇ ਡਾਕਟਰ ਗੁਰਮੀਤ ਸਿੰਘ ਫੈਲੋ ਪੰਜਾਬ ਯੂਨੀਵਰਸਿਟੀ ਨੇ UK ਤੋਂ ਸਾਡੇ ਕੋਲ ਸਿਮਰਨ ਕੌਰ ਜੀ ਹੈ ਔਰ ਸਾਡੇ ਕੋਲ ਚੇਨਈ ਤੋਂ ਕ੍ਰਿਸ਼ਨਾ ਪਾਦਾ ਜੀ ਹੈਗੇ ਪੁਣੇ ਤੋਂ ਸਾਡੇ ਕੋਲ ਸਵਾਮੀਨਾਥਨ ਜੀ ਹੈ ਉਹ ਸਾਰੇ ਜਾਣੇ ਇੱਥੇ ਲੈਕਚਰ ਕਰ ਰਹੇ ਹੈਗੇ ਇਹਦੇ ਨਾਲ ਹੀ ਇਹ ਜਿਹੜਾ ਸੈਮੀਨਾਰ ਹੈ ਵਰਚੁਅਲ ਵਰਲਡ ਦੇ ਉੱਪਰ ਵੀ ਚੱਲ ਰਿਹਾ ਕਿਉਂਕਿ ਅਸੀਂ ਔਨਲਾਈਨ ਲੈਕਚਰਸ ਲਿੱਤੇ ਹੈ ਔਨਲਾਈਨ ਹੀ ਇਹ ਜਿਹੜਾ ਹੈਗਾ ਨਾਲ ਦੂਸਰੀ ਜਗ੍ਹਾ 'ਤੇ ਅਸੀਂ ਪ੍ਰਸਾਰਿਤ ਨਾਲ ਦੀ ਨਾਲ ਦਿਖਾ ਰਹੇ ਹੈਗੇ ਕੀ ਮੰਤਵ ਕੀ ਹੈ ਇਹਨੂੰ ਇਸ ਨੂੰ ਮੰਤਵ ਹੈ ਕਿ ਜਿਹੜਾ ਸਾਡਾ ਹੁਣ ਪ੍ਰੈਜੈਂਟ ਟਾਈਮ ਅਸੀਂ ਦੇਖੀਏ ਤਾਂ ਵਾਤਾਵਰਨ ਸਾਡਾ ਹਵਾ ਪਾਣੀ ਸਾਰਾ ਪ੍ਰਦੂਸ਼ਿਤ ਹੋ ਚੁੱਕਾ ਹੈ ਨੋ ਡਾਊਟ ਕਿ ਗੁਰੂ ਗ੍ਰੰਥ ਸਾਹਿਬ ਜੋ ਇੰਨੇ ਪੁਰਾਣੇ ਗ੍ਰੰਥ ਹੈ ਉਹਨਾਂ ਦੇ ਵਿੱਚ ਸਾਨੂੰ ਤਾਂ ਇੰਨੇ 550 ਸਾਲ ਪਹਿਲਾਂ ਹੀ ਆਗਾਹ ਕਰ ਦਿੱਤਾ ਗਿਆ ਸੀ ਕਿ ਜਿਹੜਾ ਸਾਡਾ ਪਾਣੀ ਹੈ ਮਿੱਟੀ ਹੈ ਇਸ ਦੀ ਸੰਭਾਲ ਜ਼ਰੂਰੀ ਹੈ ਅਸੀਂ ਇਸ ਨੂੰ ਭੁੱਲ ਗਏ ਤਾਂ ਬਿਮਾਰੀਆਂ ਦੇ ਰਸਤੇ 'ਤੇ ਪੈ ਗਏ ਹੁਣ ਜੇ ਅਸੀਂ ਦੇਖੀਏ ਤਾਂ ਅੱਜ ਹਰ ਦੂਸਰਾ ਬੰਦਾ ਕਿਸੇ ਨਾ ਕਿਸੇ ਬਿਮਾਰੀ ਦੇ ਨਾਲ ਗ੍ਰਸਤ ਹੈ ਤੁਸੀਂ ਜਿਹੜਾ ਸਭ ਤੋਂ ਜਿਹੜਾ ਇਸ ਟਾਈਮ ਦਾ ਪ੍ਰੋਗਰੈਸਿਵ ਕੰਟਰੀ ਹੈ ਚਾਈਨਾ ਜੋ ਉਸਨੂੰ ਦੇਖੀਏ ਤਾਂ ਕਰੋਨਾ ਵਾਇਰਸ ਨੇ ਉਹਨੂੰ ਪੂਰਾ ਤਹਿਸ ਨਹਿਸ ਕਰਕੇ ਰੱਖ ਦਿੱਤਾ ਸੋ ਸਮੇਂ ਦੀ ਜ਼ਰੂਰਤ ਹੈ ਕਿ ਅਸੀਂ ਆਪਣੇ ਜਿਹੜੀ ਕੁਦਰਤੀ ਸਾਧਨ ਹੈ ਇਹਨਾਂ ਨੂੰ ਸੰਭਾਲੀਏ ਤਾਂ ਹੀ ਅਸੀਂ ਜ਼ਿੰਦਾ ਰਹਾਂਗੇ ਤਾਂ ਹੀ ਕੁਦਰਤ ਜ਼ਿੰਦਾ ਰਹੇਗੀ ਕਿੰਨੇ ਕੁ ਲਾਹੇਵੰਦ ਹੁੰਦੇ ਨੇ ਇਹੋ ਜਿਹੇ ਸਮਾਗਮ
ਇਹ ਬਿਲਕੁਲ ਸਾਨੂੰ ਸਮੇਂ ਸਮੇਂ 'ਤੇ ਯਾਦ ਕਰਵਾਉਣ ਦੀ ਲੋੜ ਹੈ, ਕਿਉਂਕਿ ਨੋ ਡਾਊਟ ਇਹ ਸਾਰੀਆਂ ਗੱਲਾਂ ਸਾਨੂੰ ਪਤਾ ਹੈ ਪਰ ਅਸੀਂ ਭੁੱਲ ਚੁੱਕੇ ਹਾਂ, ਇਸ ਕਰਕੇ ਸਾਨੂੰ ਇਹਨਾਂ ਨੂੰ ਯਾਦ ਕਰਵਾਉਣਾ ਪਏਗਾ। ਜੇ ਅਸੀਂ ਬਾਰ ਬਾਰ ਇੱਕ ਚੀਜ਼ ਨੂੰ ਯਾਦ ਕਰਦੇ ਰਹਾਂਗੇ ਤਾਂ ਜਿਵੇਂ ਅਸੀਂ ਦੇਖਿਆ ਕਿ ਖੂਹ ਤੋਂ ਜੇ ਅਸੀਂ ਰੱਸੀ ਖਿੱਚਦੇ ਹਾਂ ਪੱਥਰ ਦੇ ਉੱਪਰ, ਬਾਰ ਬਾਰ ਰੱਸੀ ਦੇ ਆਉਣ ਨਾਲ ਜੇ ਪੱਥਰ 'ਤੇ ਨਿਸ਼ਾਨ ਪੈ ਜਾਂਦਾ ਤਾਂ ਅਸੀਂ ਤਾਂ ਫਿਰ ਹਿਊਮਨ ਬੀਇੰਗਸ ਆ, ਤਾਂ ਅਸੀਂ ਜ਼ਰੂਰ ਇਹਨਾਂ ਉਪਰਾਲਿਆਂ ਨੂੰ ਜੋ ਸਾਡੀ ਜੇ ਕੋਈ ਇੱਕ ਗੱਲ ਵੀ ਇੱਕ ਬੱਚਾ ਵੀ ਆਪਣੇ ਤੱਕ ਲੈ ਗਿਆ, ਕੋਈ ਰਿਸੋਰਸ ਪਰਸਨ ਜਾਂ ਕੋਈ ਟੀਚਰ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਮਲੀ ਰੂਪ ਦਿੰਦਾ ਤਾਂ ਸਾਡੇ ਲਈ ਇਹ ਸੈਮੀਨਾਰ ਸਾਰਥਕ ਹੈ। ਮੇਰਾ ਨਾਮ ਸਿਮਰਨਪਾਲ ਕੌਰ ਹੈ। ਮੈਮ, ਤੁਸੀਂ ਆਏ ਹੋ ਅੱਜ ਦਾ ਜਿਹੜਾ ਇਨਵਾਇਰਮੈਂਟ ਦਾ ਸਮਾਗਮ, ਕੀ ਕਹੋਗੇ ਜੀ ਇਹਦੇ? ਮੈਂ ਐਅਰ ਪੋਲਿਊਸ਼ਨ ਦੀ ਗੱਲ ਕਰੂੰਗੀ। ਇੰਡੀਆ ਤਾਂ ਐਅਰ ਪੋਲਿਊਸ਼ਨ ਦਾ ਜ਼ਿਆਦਾ ਪ੍ਰੋਬਲਮ ਆ, ਸਾਰੇ ਪੰਜਾਬ 'ਚ ਪੂਰੀ ਇੰਡੀਆ 'ਚ ਟੋਪ ਇਨਵਾਇਰਮੈਂਟਲ ਇਸ਼ੂ ਐਅਰ ਪੋਲਿਊਸ਼ਨ ਆ, ਨਾਲੇ ਮੈਂ ਇਸ ਤੋਂ ਗੱਲ ਕਰਨੀ ਆ। ਹੈਗਾ ਐਅਰ ਪੋਲਿਊਸ਼ਨ ਹਿਊਮਨ ਲਈ, ਇਨਵਾਇਰਮੈਂਟ ਲਈ, ਜਾਨਵਰ ਲਈ ਬਹੁਤ ਖਰਾਬ ਕਰਦਾ ਆ, ਫਿਰ ਮੈਂ ਇਸ ਲਈ ਅਵੇਅਰਨੈਸ ਕਰਨੀ ਆ। ਅਸੀਂ ਕੋਸ਼ਿਸ਼ ਕਰਕੇ ਗੱਡੀ ਇੰਨਾ ਚਲਾਉਣਾ ਨਹੀਂ, ਪਟਾਕੇ ਨਹੀਂ ਚਲਾਉਣਾ ਇੰਨਾ ਕਿ ਨਹੀਂ, ਇਸ ਲਈ ਮੈਂ ਗੱਲ ਕਰਨੀ ਹਾਂ। ਆਵਾਜ਼ੀ ਕੰਮ ਟੀਵੀ ਲਈ ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ।